ਜੇ ਰਵੀਸ਼ ਕੁਮਾਰ ਨੇ ਮਿੰਟੂ ਜੀ ਅਸਤੀਫਾ ਦਿੱਤਾ ਤਾਂ ਮੈਂ ਦੇਖ ਰਿਹਾ ਸੀ ਕਿਨੇ ਕਿ 1 ਲੱਖ ਸਬਸਕ੍ਰਾਈਬਰ ਉਹਨਾਂ ਦੇ ਵੱਧ ਗਏ ਆ ਹੁਣ ਤੱਕ ਦਾ ਸਫਰ ਜਿਹੜੇ ਸੇ ਪਿੰਡ ਤੋਂ ਉੱਥੇ ਉੱਠੇ ਛੁੱਟੇ ਜੇ ਤੋਂ ਬੜੀ ਗ੍ਰੋਥ ਤਾਂ ਬਹੁਤ ਕੀਤੀ ਹੈ ਔਰ ਦੁਨੀਆ ਦੇ ਵਿੱਚ ਪਪੂਲਰ ਵੀ ਬਹੁਤ ਹੋਏ ਆ ਨਹੀਂ ਰਵੀਸ਼ ਕੋਈ ਮਤਲਬ ਕਿ ਇੱਕ ਗ੍ਰੇਟ ਪੱਤਰਕਾਰ ਉਹ ਨਹੀਂ ਪਰ ਇੱਕ ਪੱਤਰਕਾਰ ਹੈ ਹਾਂ ਵੱਡਾ ਜਾਂ ਨਾਮੀ ਪੱਤਰਕਾਰ ਜ਼ਰੂਰ ਕਹਿ ਲੋ ਬਟ ਉਹ ਨਹੀਂ ਹੈ ਨਹੀਂ ਨਹੀਂ ਇੱਕ ਹੁੰਦਾ ਨਾ ਕਿ ਆਪਾਂ ਕਹਿੰਦਾ ਬਹੁਤ ਗ੍ਰੇਟ ਹੈ ਇਨੀ ਖੁਸ਼ਾਮਦ ਨਹੀਂ ਹੁੰਦੀ ਪਰ ਮੈਂ ਕਹਿੰਦਾ ਕਿ ਇੱਕ ਪੱਤਰਕਾਰ ਸਹੀ ਪੱਤਰਕਾਰ ਹੀ ਬਣ ਜਾਵੇ ਇਹੀ ਗ੍ਰੇਟਨੈਸ ਹੈ ਜੀ ਜੀ ਬਿਲਕੁਲ ਇਹੀ ਉਹਦੀ ਗ੍ਰੇਟਨੈਸ ਹੈ ਜੀ ਕਿ ਕੋਈ ਪੱਤਰਕਾਰ ਪੱਤਰਕਾਰੀ ਸਹੀ ਬਣ ਜਾਵੇ ਆਪਾਂ ਉਹਦੇ ਨਾਲ ਹੋਰ ਸ਼ਬਦ ਜਿੰਨੇ ਮਰਜ਼ੀ ਜੋੜੀ ਚੱਲੀਏ ਤਾਂ ਦੇਖੋ ਹਰੇਕ ਪੱਤਰਕਾਰ ਦੇ ਨਾਲ ਕੁਝ ਨਾ ਕੁਝ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਜੀ ਮੈਂ ਤੁਸੀ ਕਿਹਾ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ ਸਫਰ ਵੀ ਦੱਸ ਦੇਣਾ ਜੀ ਰਵੀਸ਼ ਦਾ ਸਫਰ ਸ਼ੁਰੂ ਹੁੰਦਾ ਇੱਕ ਛੋਟੇ ਜਿਹੇ ਪਿੰਡ ਤੋਂ ਜੀ ਜਿਤਾਵਰਪੁਰ ਮੋਤੀਹਰੀ ਜ਼ਿਲ੍ਹਾ ਜਿਹੜਾ ਉਹਦੇ ਵਿੱਚ ਪਿੰਡ ਪੈਂਦਾ ਇਹਨਾਂ ਦਾ ਪਰਿਵਾਰ ਬ੍ਰਾਹਮਣ ਪਰਿਵਾਰ ਆ ਜੀ ਇਹਦਾ ਪੂਰਾ ਨਾਮ ਆ ਰਵੀਸ਼ ਕੁਮਾਰ ਪਾਂਡੇ 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 ਜੀ ਜੀ ਇਹ ਪਾਂਡੇ ਜੀ ਨੇ ਪਰ ਇਹਨੇ ਪਾਂਡੇ ਲਾਉਣਾ ਛੱਡ ਦਿੱਤਾ ਸੀ ਛੱਡ ਦਿੱਤਾ ਫਰ ਸੋਚ ਹੁੰਦੀ ਆ ਨਾ ਆਪਣੀ ਅੱਛਾ ਇੰਟਰਸਟਿੰਗ ਗੱਲ ਇਹ ਆ ਕਿ ਰਵੀਸ਼ ਕੁਮਾਰ ਦੇ ਭਰਾਤਾ ਜਿਹੜੇ ਨੇ ਬਰਜੇਸ਼ ਪਾਂਡੇ ਜੀ ਉਹ ਕਾਂਗਰਸ ਤੋਂ ਇਲੈਕਸ਼ਨ ਲੜੇ ਨੇ ਦੋ ਦੋ ਕਾਂਗਰਸ ਦੀ ਟਿਕਟ ਤੋਂ ਇਲੈਕਸ਼ਨ ਲੜੇ ਨੇ ਉਹ ਦੋ ਦੋ ਇਲੈਕਸ਼ਨ ਲੜੇ ਗੋਵਿੰਦ ਗਾਂਝ ਤੋਂ ਜੀ ਦੋਨੇ ਵਾਰੇ ਹਾਰ ਗਏ ਜੀ ਔਰ ਰਵੀਸ਼ ਨੂੰ ਉਸ ਚੀਜ਼ ਦਾ ਖਮਿਆਜਾ ਭੁਗਤਣਾ ਪਿਆ ਮਾਨਸਾ ਜੀ ਇੱਕ ਵਾਰੀ ਕਿਉਂਕਿ ਨੀਤਾ ਲੋਕ ਹੁੰਦੇ ਹੋ ਸਕਦਾ ਟਸਲਬਾਜੀ ਵੀ ਹੋਵੇ ਇੱਕ ਵਾਰੀ ਉਹਦੇ ਤੇ ਪਰਚਾ ਦਰਜ ਹੋ ਗਿਆ ਸੀਗਾ बृजेश पांडे ਤੇ ਸ਼ੋਸ਼ਣ ਦਾ ਤਾਂ ਉਦੋਂ ਬੜੀ ਟ੍ਰੋਲਿੰਗ ਹੋਈ ਕਿ ਤੂੰ ਇਹ ਖਬਰ ਕਿਉਂ ਨਹੀਂ ਕਰ ਰਿਹਾ ਤਾਂ ਯਾਰ ਇਹ ਵੀ ਤਾਂ ਦੇਖੋ ਕਿ ਰਵੀਸ਼ ਉਥੇ ਆਪਦੇ ਭਰਾ ਨੂੰ ਸਪੋਰਟ ਵੀ ਨਹੀਂ ਕਰ ਰਿਹਾ ਜੇ ਖਬਰ ਨਹੀਂ ਕੀਤੀ ਤਾਂ ਉਹ ਰਿਪੋਰਟ ਨਹੀਂ ਕਰ ਰਿਹਾ ਕਿਹੜੇ ਮੂੰਹ ਨਾਲ ਕਰੇ ਚਲੋ ਥੋੜਾ ਹੁੰਦਾ ਵੀ ਆ ਇੱਕ ਕਾਂਗਰਸੀ ਨੇਤਾ ਦੇ ਤੌਰ ਤੇ ਸ਼ਾਇਦ ਹੋ ਸਕਦਾ ਚੈਨਲ ਨੇ ਕਵਰ ਕੀਤਾ ਹੋਵੇ ਜਾਂ ਕਿਸੇ ਅਖਬਾਰ ਨੇ ਕਵਰ ਕੀਤਾ ਹੋਵੇ ਪਰੰਤੂ ਇਹ ਤਾਂ ਨਹੀਂ ਹੈ ਕਿ ਜਾ ਕੇ ਉੱਥੇ ਮਤਲਬ ਕਿ ਉਹਦੀ ਕੈਂਪੇਨ ਨੂੰ ਚਲਾਉਂਦਾ ਰਿਹਾ ਹੋਵੇ ਨਹੀਂ ਕਿਉਂਕਿ ਉਹ ਲੰਬੇ ਸਮੇਂ ਤੋਂ ਦਿੱਲੀ ਜਿਹੜਾ ਸ਼ਿਫਟ ਹੋ ਗਿਆ ਸੀਗਾ ਕਨਵੈਂਟ ਸਕੂਲ ਤੋਂ ਸਕੂਲਿੰਗ ਫਿਰ ਉਸ ਤੋਂ ਬਾਅਦ ਇੱਥੇ ਦੇਸ਼ਬੰਦੂ ਕਾਲਜ ਦੇ ਵਿੱਚ ਆ ਗਿਆ ਐਮਫਿਲ ਕੀਤਾ ਉੱਤੇ ਬਾਅਦ ਦਿੱਲੀ ਯੂਨੀਵਰਸਿਟੀ ਪત્રਕਾਰਤਾ ਦੀ ਡਿਗਰੀ 1996 ਚ ਐਨਡੀ ਟੀਵੀ ਹਾਲੇ ਟੀਵੀ ਤੁਹਾਨੂੰ ਪਤਾ ਰਹਿ ਰਹੇ ਸਨ ਜ਼ਾਇਕਾ ਮਨੋਤ ਜੀ ਵੀ ਹੁੰਦੇ ਸਨ ਉਸ ਟਾਈਮ ਜੀ ਜੀ ਤਾਂ ਦੁਆ ਸਾਹਿਬ ਵੀ ਚਲੇ ਗਏ ਤਾਂ ਉਸ ਟਾਈਮ ਇਹਨਾਂ ਨੇ ਜੁਆਇਨਿੰਗ ਕੀਤੀ ਤਾਂ ਤੁਸੀਂ ਦੇਖ ਲਓ ਕਿ ਇੱਕ ਪਤਲਾ ਜਿਹਾ ਮੁੰਡੂ ਜਿਹਾ ਰਿਪੋਰਟਰ ਜਿਹੜਾ 1974 ਚ ਜੰਮਦਾ ਹੈ ਤਾਂ 96 ਦੇ ਵਿੱਚ ਆ ਕੇ ਸਕਰੀਨ ਤੇ ਆਪਣੀ ਪੇਸ਼ਕਾਰੀ ਦੇ ਨਾਲ ਸਾਰਿਆਂ ਦਾ ਧਿਆਨ ਖਿੱਚ ਲੈਂਦਾ ਹੈ ਛੋਟੀਆਂ-ਛੋਟੀਆਂ ਸਟੋਰੀਆਂ ਕਰਦਾ ਹੈ ਆਵਾਜ਼ ਦੇ ਵਿੱਚ ਗਜ਼ਬ ਦਾ ਸਲੀਕਾ ਤੇ ਗਜ਼ਬ ਦੀ ਸਹੱਸਤਾ ਤੇ ਫਿਰ ਹੌਲੀ-ਹੌਲੀ ਵੇਖ ਲੋ ਕਿ ਪਿੰਡ ਚੋਂ ਉੱਠਿਆ ਬੰਦਾ ਉਹ ਬਣ ਜਾਂਦਾ ਹੈ ਐਨਡੀ ਟੀਵੀ ਦਾ ਕਾਰਜਕਾਰੀ ਸੰਪਾਦਕ ਤੱਕ ਜੀ ਇਹ ਆ ਸਫ਼ਰ ਉਸ ਸਫ਼ਰ ਦੇ ਵਿੱਚ ਹਮਸਫ਼ਰ ਆ ਇਹਨਾਂ ਦੀ ਬੀਬੀ ਨੈਨਾ ਦੋ ਬੇਟੀਆਂ ਨੇ ਜੀ ਤੋ ਮਤਲਬ ਕਿ ਵਧੀਆ ਹੱਸਦਾ ਵੱਸਦਾ ਪਰਿਵਾਰ ਆ ਹਾਲਾਂਕਿ ਇਨਕਮ ਬਾਰੇ ਵੀ ਹੈ ਪਰ ਪਰਸਨਲ ਕਿਸੇ ਦੀ ਜਾਣਕਾਰੀ ਨਹੀਂ ਦੇ ਸਕਦੇ ਤੋ ਦੇਣੀ ਵੀ ਨਹੀਂ ਚਾਹੀਦੀ ਉਹ ਮੇਰੇ ਖਿਆਲ ਦੇ ਨਾਲ ਵਾਜੂਬ ਵੀ ਨਹੀਂ ਹੈ ਜੀ ਤੋ ਇਸ ਤਰ੍ਹਾਂ ਮਤਲਬ ਕਿ ਇਹਨਾਂ ਦੀ ਝਰਨੀ ਹੈ ਪਰ ਇਹਨਾਂ ਦੀ ਰਿਪੋਰਟਿੰਗ ਦੀ ਧਾਰ ਜਾਂ ਕਹਿ ਲਓ ਕਿ ਵਿਸ਼ਲੇਸ਼ਣ ਦੀ ਧਾਰ ਜਾਂ ਪੇਸ਼ਕਾਰੀ ਦੀ ਧਾਰ ਜਿਹੜੀ ਆ ਨਾ ਉਹ 2007-08 ਤੋਂ ਬਾਅਦ ਫਿਰ ਨਿਕਲਦੀ ਹੈ ਉਦੋਂ ਪਹਿਲਾਂ ਤਾਂ ਉਹ ਗਰਾਊਂਡ ਰਿਪੋਰਟਰ ਵੀ ਰਹੇ ਨੇ ਨਾ ਜੀ ਨਮਸਕਾਰ ਤਾਂ ਉਦੋਂ ਬਾਅਦ ਫਿਰ ਸਟੂਡੀਓ ਕਰਨਾ ਸ਼ੁਰੂ ਕਰਤਾ ਤਾਂ ਫਿਰ ਉਹਦੇ ਵਿੱਚ ਤੁਹਾਨੂੰ ਪਤਾ ਪ੍ਰਾਈਮ ਟਾਈਮ ਤਾਂ ਫਿਰ ਸਿਖਰ ਹੀ ਲਾ ਗਿਆ ਨਾ ਜੀ ਜੀ ਨਮਸਕਾਰ ਮੈਂ ਹਰਵੀਸ਼ ਕੁਮਾਰ ਜੀ ਜੀ ਇਹ ਸ਼ਬਦ ਮੇਰੇ ਖਿਆਲ ਦੇ ਨਾਲ ਇੱਕ ਪੱਕਾ ਜੋੜੀ ਗਿਆ ਬਹੁਤ ਸਾਰੇ ਭਾਰਤੀਆਂ ਦੇ ਨਾਲ ਕਿ 9 ਵਜੇ ਇਹ ਸ਼ਬਦ ਸੁਣਨਾ ਹੀ ਸੁਣਨਾ ਹੈ ਰਾਤ ਨੂੰ ਜੀ ਮੈਂ ਖੁਦ ਵੀ ਬਹੁਤ ਪ੍ਰੋਗਰਾਮ ਸੁਣੇ ਚਲੋ ਹੁਣ ਤਾਂ ਟਾਈਮ ਸ케ਜੂਲ ਜਿਹੜੇ ਬਦਲ ਜਾਂਦੇ ਨੇ ਤਾਂ ਬਹੁਤ ਸਾਰੇ ਅਵਾਰਡ ਮਿਲੇ ਅਵਾਰਡ ਇੱਕ ਤਾਂ ਗੁਆਇਨਕਾ ਐਕਸਲੈਂਸੀ ਅਵਾਰਡ ਮਿਲਿਆ ਸੀ ਗਰਾਮਨਾਥ ਗੁਆਇਨਕਾ ਐਕਸਲੈਂਸ ਅਵਾਰਡ ਇਸ ਤੋਂ ਇਲਾਵਾ ਇੱਕ ਅਵਾਰਡ ਹੋਰ ਸੀ ਫਿਰ ਇੱਕ ਇੰਡੀਅਨ ਐਕਸਪ੍ਰੈਸ ਨੇ ਜਿਹੜੀ 100 ਨਾਮੀ ਬੰਦਿਆਂ ਦੀ ਜਾਂ ਕੋਲ ਪ੍ਰਭਾਵਸ਼ਾਲੀ ਬੰਦਿਆਂ ਦੀ ਸੂਚੀ ਬਣਾਈ ਸੀ ਉਹਦੇ 'ਚ ਸ਼ਾਮਲ ਆ ਮੈਕਸੇਸੇ ਜਿਹਨੂੰ ਆਪਾਂ ਏਸ਼ੀਆ ਦਾ ਨੋਵਲ ਕਹਿੰਦੇ ਆ ਉਹ ਨੋਵਲ ਮਤਲਬ ਕਿ ਏਸ਼ੀਆ ਵਾਲਾ ਜਿਹੜਾ ਉਹ ਇਹਨੂੰ ਮਿਲਿਆ ਜੀ ਮਤਲਬ ਕਿ ਕੋਈ ਛੱਡਿਆ ਹੀ ਨਹੀਂ ਬੈਸਟ ਟੀਵੀ ਐਂਕਰ ਦਾ ਉਹ ਵੀ ਅਵਾਰਡ ਆ ਰਿਵਿਊਸ਼ ਦੇਖੋ ਨਾ ਮਤਲਬ ਕਿ ਰਿਵਾਰਡ ਵੀ ਪੂਰੇ ਮਲੇ ਨੇ ਐਸੀ ਗੱਲ ਨਹੀਂ ਆ ਤਾਂ ਤੁਹਾਡੀ ਮਿਹਨਤ ਤੁਸੀਂ ਨਜ਼ਰ ਮੈਂ ਰੱਖੇ ਤੁਸੀਂ ਕਿੱਥੇ ਜੰਮੇ ਹੋ ਯਾਰ ਕਿਸ ਇਲਾਕੇ ਚੋਂ ਤੁਸੀਂ ਕੈਸੀਆਂ ਪਰਸਥਤੀਆਂ ਨੇ ਤੁਹਾਡੀਆਂ ਬਸ ਹਿੰਮਤ ਚਾਹੀਦੀ ਆ ਦੇਖ ਲਓ ਨਿਕਲ ਕੇ ਆਉਂਦਾ ਬੱਚਾ ਦਿੱਲੀ ਜਾ ਕੇ ਪੜਾਈ ਕਰਦਾ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਲਓ ਰਵੀਸ਼ ਕੁਮਾਰ ਭਾਰਤੀ ਪੱਤਰਕਾਰਤਾ ਦਾ ਇੱਕ ਸਿਤਾਰਾ ਬਣ ਗਿਆ ਤਾਂ ਬਾਕੀ ਇਹ ਤਾਂ ਜਾਣਾ ਹੀ ਸੀਗਾ ਇਹ ਤਾਂ ਪਤਾ ਹੀ ਸੀਗਾ ਰੌਲਾ ਕੀ ਸੀਗਾ ਕਿ ਜਦੋਂ ਅਡਾਨੀ ਆ ਗਿਆ ਵਿੱਚ ਜਿਹੜੀ ਕੰਪਨੀ ਤੋਂ ਇਹਨਾਂ ਨੇ ਲੋਨ ਲਿਆ ਸੀ ਉਹ ਕੰਪਨੀ ਉਹਨੇ ਜਿਹੜੀ ਆ ਆਪਣੀ ਮਤਲਬ ਕਿ ਲੈ ਲਈ ਜੀ ਖਰੀਦ ਲਈ ਕਹਿ ਲਓ ਜੋ ਮਰਜ਼ੀ ਕਹੋ ਕੁੱਡੀ ਪਾਲੀ ਅਗਲੇ ਨੇ ਜੀ ਫੇ ਉਸ ਤੋਂ ਬਾਅਦ ਇਹਨਾਂ ਦਾ ਇਹ ਸੀਗਾ ਕਿ ਸ਼ਾਇਦ ਸੀਬੀ ਜਿਹੜੀ ਉਹ ਮਤਲਬ ਕਿ ਖੁੱਲੀ ਆਫਰ ਹੈ ਉਹ ਇਨਕਾਰ ਕਰੇਗੀ ਉਹ ਖੁੱਲੀ ਆਫਰ ਵੀ ਆ ਗਈ ਉਹਦੇ ਚ ਉਹਨਾਂ ਦੇ ਜਿਹੜੇ ਸ਼ੇਅਰ ਹੈ 52 53% ਚਲੇ ਗਏ ਇਹ 49 52 ਵਾਲੀ ਖੇਡ ਦੇ ਵਿੱਚ ਪਛੜ ਗਏ ਤੇ ਬਸ ਪਰਨਾਇ ਵੀ ਗਿਆ ਘਰੋਂ ਉਹਦੇ ਉਹ ਵੀ ਗਈ ਬੋਰਡ ਬਰਡ ਚ ਉਹਨਾਂ ਨੇ ਅਸਤੀਫਾ ਦੇ ਦਿੱਤਾ ਫਿਰ ਰਵੀਸ਼ ਤਾਂ ਉੱਥੇ ਰੱਖਿਆ ਕੀ ਸੀ ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਝ ਤੇ ਹੁਣ ਉੱਥੇ ਕੀ ਰੱਖਿਆ ਸਾਧੂ ਚੱਲਦੇ ਭਲੇ ਨਗਰੀ ਵਸਤੀ ਪੜੀ ਅਗਲੇ ਨੇ ਆਪਣਾ ਚੈਨਲ ਪਹਿਲੇ ਹੀ ਬਣਾ ਰੱਖਿਆ ਸੀਗਾ YouTube ਚੈਨਲ ਉਹਨੂੰ ਪਤਾ ਸੀਗਾ ਕਿ ਉਹ ਇੱਕ ਮਤਲਬ ਕਿ ਉਮੀਦ ਦੀ ਕਿਰਨ ਉਹੀ ਸੀਗੀ ਕਿ ਸ਼ਾਇਦ ਸੇਬੀ ਜਾਂ ਮਤਲਬ ਕਿ ਕੁਝ ਕਾਨੂੰਨੀ ਪੱਖ ਤੋਂ ਰਾਹਤ ਮਿਲ ਜਾਏਗੀ ਪਰ ਉਹ ਨਹੀਂ ਮਿਲੀ ਤਾਂ ਬਸ ਚੱਕਿਆ ਝੋਲਾ ਅਗਲੇ ਬਸ YouTube ਤੇ ਮੂ ਪੈਣਾ ਚੱਕਿਆ ਉੱਤੇ ਉੱਥੇ ਹੁਣ ਜਿੰਨੇ ਦੇਖਣਾ ਪਰ ਇਹਦੇ 'ਚ ਦੇਖੋ ਠੀਕ ਹੈ ਤੁਸੀਂ ਰਵੀਸ਼ ਦੇ ਪ੍ਰਸ਼ੰਸਕ ਹੋ ਸਕਦੇ ਹੋ ਵੈਸੇ ਤੇ ਮੈਂ ਕਹਿੰਦਾ ਉਹਨਾਂ ਕਿ ਅੰਨੇ ਪ੍ਰਸ਼ੰਸਕ ਕਿਸੇ ਦੇ ਨਾ ਬਣੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰਵੀਸ਼ ਦੀ ਪੱਤਰਕਾਰਤਾ ਨਾਲ ਆਲੋਚਨਾਤਮਕ ਪੱਖ ਤੋਂ ਵੀ ਜੁੜਦੀਆਂ ਨੇ ਜੀ ਜਿਵੇਂ مثلا ਕਿ ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤਾ ਭਰਾ ਵਾਲਾ ਮੁੱਦਾ ਫਿਰ ਇਸ ਤੋਂ ਇਲਾਵਾ ਕਿ ਜਿੱਦਾਂ ਉਹ ਮਹਾਗਾੜੀ ਚੱਲ ਰਿਹਾ ਸੀ ਮਹਾਗਠ ਜੋੜ ਉਹ ਗਾੜੀ ਉੱਥੇ ਮਹਾਰਾਸ਼ਟਰ ਦੇ ਵਿੱਚ ਬਹੁਤ ਕੁਝ ਹੋਇਆ ਉਨ੍ਹਾਂ ਚੀਜ਼ਾਂ ਦੀ ਰਿਪੋਰਟਿੰਗ ਵਗੈਰਾ ਤੇ ਕਈ ਸਵਾਲ ਨੇ ਹੈਗੇ ਨੇ ਪਰੰਤੂ ਗੱਲ ਇਹ ਆ ਕਿ ਰਵੀਸ਼ ਦਾ ਪੱਤਰਕਾਰਤਾ ਚ ਇੱਥੋਂ ਤੱਕ ਟੀਵੀ ਨੂੰ ਲੈ ਜਾਣਾ ਉਸ ਤੌਰ ਦੇ ਵਿੱਚ ਜਦੋਂ ਬਹੁਤ ਵੱਡਾ ਹਿੱਸਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੁੱਤੀ ਚੱਟ ਬਣ ਗਿਆ ਉਹਨੇ ਫਿਰ ਇੱਕ ਉਮੀਦ ਦੀ ਕਹਿ ਲੋ مشਾਲ ਜਗਾਈ ਰੱਖੀ ਇਹ ਇੱਕ ਬਹੁਤ ਵੱਡੀ ਗੱਲ ਆ ਟ੍ਰੋਲਿੰਗ ਧਮਕੀਆਂ ਗਾਲਾਂ ਉਹ ਸਭ ਕੁਝ ਆਪਣੀ ਥਾਂ ਤੇ ਪਰ ਉਹਨੇ ਅਸਲ 'ਚ ਆਲੋਚਨਾ ਜਿੰਦਾ ਰੱਖੀ ਜੀ ਜਿਹੜੀ ਕਿ ਪੱਤਰਕਾਰਤਾ ਦੀ ਕਹ ਲੋ ਕਿ ਨੀਂ ਹੈ ਬੁਨਿਆਦ ਹੈ ਆਲੋਚਕ ਹੋਣੇ ਵੀ ਤਾਂ ਲਾਜ਼ਮੀ ਹੈ ਨਾ ਬਿਲਕੁਲ ਵਿਸ਼ਲੇਸ਼ਕ ਹੋ ਤਾਂ ਆਲੋਚਕ ਹੋ ਤਾਂ ਉਹ 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 ਪੱਤਰਕਾਰਤਾ ਦੇ ਇਸ ਦੌਰ ਦੇ ਵਿੱਚ ਜਿਹੜੀ ਚੀਜ਼ ਹਿੱਸੇ ਆਉਂਦੀ ਹੈ ਰਵੀਸ਼ ਤੇ ਉਹ ਵਿਲੱਖਣ ਹੈ ਉਹ ਨਰਾਲੀ ਆ ਜੀ ਤਾਂ ਹੁਣ ਗੱਲ ਇਹ ਹੈ ਕਿ ਰਵੀਸ਼ ਚਲਾ ਜਾਏਗਾ YouTube ਤੇ ਕੋਈ ਫਰਕ ਨਹੀਂ ਹੈ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਜਿਹਨੇ ਸੁਣਨਾ ਚਲੇ ਜਾਏਗਾ ਹੋ ਸਕਦਾ ਐਨਡੀਟੀਵੀ ਚ ਹੋਰ ਵੀ ਪੱਤਰਕਾਰ ਜਾਣਗੇ ਜਿੰਨਾਂ ਨੂੰ ਮੈਨੂੰ ਲੱਗ ਰਿਹਾ ਕਿਉਂਕਿ ਕੁਝ ਪੱਤਰਕਾਰ ਤਾਂ ਉੱਥੇ ਪਹੁੰਚ ਗਏ ਨੇ ਗੈਸਟ ਹਾਊਸ ਦੇ ਵਿੱਚ ਪੁੰਗਲੀਆਂ ਦੇ ਕੋਲ ਜਾ ਕੇ ਉਹਨਾਂ ਨੇ ਤੇ ਆਪਣੀਆਂ ਉਂਗਲੀਆਂ ਕਮਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਸਾਰਾ ਕੁਝ ਸੈੱਟ ਹੈ ਪਰ ਇਹ ਮੇਰੇ ਖਿਆਲ ਦੇ ਨਾਲ ਟੀਵੀ ਵਾਸਤੇ ਬਹੁਤ ਵੱਡੀ ਗਾੜਟ ਹੈ ਜੀ ਕਿਉਂਕਿ ਟੀਵੀ ਖਤਮ ਹੋ ਰਿਹਾ ਬਿਲਕੁਲ ਡਿਜੀਟਲ মিডিਆ ਤਾਂ ਠੀਕ ਹੈ ਚੱਲ ਬਿਲਕੁਲ ਹਾਂ ਪੱਤਰਕਾਰ ਤਾਂ ਇੱਧਰ ਆ ਕੇ ਠੀਕ ਹੈ ਸ਼ਿਫਟ ਹੋ ਕੇ ਖੁਸ਼ ਵੀ ਆ ਤੁਹਾਡੀ ਤੁਹਾਨੂੰ ਆਜ਼ਾਦੀ ਵੀ ਆ ਥੋੜੀ ਤੁਹਾਨੂੰ ਕਮਾਈ ਵੀ ਹੈ ਨਾ ਪਰੰਤੂ ਟੀਵੀ ਮਰ ਰਿਹਾ ਹੈ ਰਵੀਸ਼ ਨਹੀਂ ਜਾ ਰਿਹਾ ਜਿਹੜਾ ਟੀਵੀ ਆਈ ਸੀ ਯੂ ਚ ਸੀਗਾ ਨਾ ਉਹਦੀਆਂ ਮਸ਼ੀਨਾਂ ਉਹ ਜਿਹੜੇ ਨੂੰ ਕਰਦੀਆਂ ਨੇ ਥੋੜਾ ਬਹੁਤਾ ਉਹ ਵੀ ਸਲੋ ਹੋ ਰਹੀਆਂ ਨੇ ਮੈਂ ਇਸ ਚੀਜ਼ ਨੂੰ ਇਸ ਪੱਖ ਤੋਂ ਲੈਣਾ ਤੁਸੀਂ ਅਲੋਚਕ ਹੋ ਰਵਿਸ਼ ਦੇ ਪਿਆਰ ਕਰਦੇ ਹੋ ਠੀਕ ਹੈ ਦੋਨੇ ਚੀਜ਼ ਆਪ ਆਪਣੀ ਤਾਂ ਤੇ ਸਹੀ ਹੈ ਜੀ ਪਰ ਟੀਵੀ ਦੀ ਦੁਨੀਆ ਖਤਮ ਹੋ ਰਹੀ ਹੈ ਜੀ ਟੀਵੀ ਤੋਂ ਲੋਕਾਂ ਦਾ ਯਕੀਨ ਉੱਠ ਰਿਹਾ ਹੈ ਜੀ ਕਾਰਪੋਰੇਟ ਮਤਲਬ ਕਿ ਇਸ ਪੱਧਰ ਤੇ ਆ ਗਿਆ ਕਿ ਹੁਣ ਜਿਹੜਾ ਬਚਿਆ ਖੁਚਿਆ ਹਿੱਸਾ ਸੀਗਾ ਉਹ ਉਹਨੂੰ ਵੀ ਲੀਲ ਲੈਣਾ ਚਾਹੁੰਦਾ ਹੈ ਉਹ ਉਹਨੂੰ ਵੀ ਜਜ਼ਬ ਕਰ ਲੈਣਾ ਚਾਹੁੰਦਾ ਹੈ ਜੀ ਤਾਂ ਇਹ ਇੱਕ ਤਰ੍ਹਾਂ ਦਾ ਇੱਕ ਐਸਾ ਪੱਖ ਆ ਜਿਹੜਾ ਬੜਾ ਖਤਰਨਾਕ ਹੈ ਕਿ ਕੱਲ ਨੂੰ ਕੋਈ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਬਣ ਰਹੀ ਹੈ ਮਾਹੌਲਵਾਜੀ ਕਿ ਕਿਤੇ ਆਟੋਕ੍ਰੇਟਿਕ ਹੀ ਨਾ ਹੋ ਜਾਣ ਜੀ ਤੇ ਇਹਦੇ ਤੇ ਵੀ ਗਲਬਾ ਪੈ ਜਾਵੇ ਸੋਸ਼ਲ ਮੀਡੀਆ ਤੇ ਤਾਂ ਫਿਰ ਤੁਸੀਂ ਦੇਖੋ ਕਿ ਖਬਰ जिंदा ਕਿੱਥੇ ਰਹੇਗੀ ਆਲੋਚਨਾ जिंदा ਕਿੱਥੇ ਰਹੇਗੀ ਬਿਲਕੁਲ ਆ ਮਸਲਾ ਕਿਉਂਕਿ ਅਖਬਾਰ ਉਸ ਤੋਂ ਬਾਅਦ ਜਿਹੜਾ ਵਿਜਲਾਈ ਮੀਡੀਆ ਤੇ ਉਸ ਤੋਂ ਬਾਅਦ ਜਿਹੜਾ ਇਹ ਤੁਸੀਂ ਕਹਿੰਦੇ ਹੋ ਕਿ ਵੈਬ ਮੀਡੀਆ ਜਾਂ ਡਿਜੀਟਲ ਮੀਡੀਆ ਜਿਹਦੇ ਤੇ ਵੀ ਗਲਬਾ ਪੈ ਗਿਆ ਤਾ ਫਿਰ ਪੱਤਰਕਾਰ ਤਾਂ ਕਿੱਥੇ ਬਚੇਗੀ ਉਹਦੇ ਲਈ ਸਪੇਸ ਕਿ ਹੋਏਗਾ ਵੱਡੀ ਗੱਲ ਇਹ ਆ ਜੀ 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 ਬਿਲਕੁਲ ਬਿਲਕੁਲ ਜੀ ਇੱਕ ਸੱਜਣ ਕਹਿ ਰਹੇ ਸੀਗੇ ਕਿ ਐਨਡੀ ਟੀਵੀ ਚੈਨਲ ਆ ਦੂਰਦਰਸ਼ਨ ਨਾਲ ਕਲੈਬਰੇਟ ਕਰਕੇ ਚੱਲਿਆ ਸੀਗਾ ਜੀ ਤੇ ਸ਼ੇਅਰ ਕਰਕੇ ਤੇ ਲੋਨ ਅਰ ਰਿਲੈਂਸ ਨੇ ਦਿੱਤਾ ਜੀ ਫੇਰ ਅਡਾਨੀ ਹੈ ਜਿਹੜਾ ਉਹ ਆਪਣਾ ਉਹ ਕੰਪਨੀ ਨੂੰ ਲੈ ਗਏ ਬਿਲਕੁਲ ਇਹਨਾਂ ਦੀ ਗੱਲ ਸਹੀ ਆ ਉਹ ਜਿਹੜੀ ਕੰਪਨੀ ਸੀਗੀ ਨਾ ਜੀ ਮਾਨ ਸਾਹਿਬ ਜਿਹੜੀ ਕੰਪਨੀ ਇਹਨਾਂ ਨੇ ਜੀ ਆਪਣੇ ਹੱਥਾਂ ਚ ਕੀਤੀ ਆ ਬਿਲਕੁਲ ਉਹ ਵੀ ਐਸਸੀਐਲ ਵੀਐਸਐਲ ਕੁਛ ਐਸਸੀਸੀ ਦੀ ਹੋ ਵਿਸ਼ਵ ਪ੍ਰਧਾਨ ਕੁਛ ਐਸਸੀਸੀ ਦੀ ਉਹ ਜੀ ਉਹ ਜਿਹੜੀ ਸੀ ਕੰਪਨੀ ਉਹ ਇਹਨਾਂ ਨੇ ਆਪਣੇ ਹੱਥਾਂ ਅਟ ਕੀਤੀ ਤਾਂ ਬਿਲਕੁਲ ਪਹਿਲਾਂ ਰिलायंस ਵਾਲੀ ਸੀਗੀ ਉਹ ਕੰਪਨੀ ਜੀ ਜੀ ਬਿਲਕੁਲ ਜੀ ਕਿਨੇ ਪ੍ਰਣਾਵ رائے ਵੀ ਪੱਤਰਕਾਰਤ ਵੀ ਵਧੀਆ ਸੀਗੀ ਉਹਦੀ ਅੰਗਰੇਜ਼ੀ ਦੀ ਜਿਹੜੀ ਪੱਤਰਕਾਰਤਾ ਸੀਗੀ ਨਾ ਬੜੀ ਗੱਜਬਦੀ ਸੀਗੀ ਜੀ ਜੀ ਬਹੁਤ ਵਧੀਆ ਬਿਲਕੁਲ ਇਹ ਤਾਂ ਬਹੁਤ ਜਾਣੂ ਨੇ ਫਰੈਂਡੀ ਟੀਵੀ ਤੋਂ ਜਿਹੜੇ ਸੱਜਣ ਕਮੈਂਟ ਕਰ ਰਹੇ ਆ ਨਾ ਜੀ 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 ਬਿਲਕੁਲ ਬਿਲਕੁਲ ਤੇ ਫਿਰ ਇਹਨਾਂ ਦੀ ਟੀਮ ਦੇਖੋ ਨਾ ਵਿਨੋਦ ਜੀ ਹੋਇਆ ਕਰਦੇ ਸਨ ਜੀ ਰਵੀਸ਼ ਜੀ ਪੁਰਨਾਇ ਚੀ ਤਾਂ ਦੇਖੋ ਕਿੰਡੀ ਜ਼ਬਰਦਸਤ ਟੀਮ ਸੀਗੀ ਤਾਂ ਹੀ ਐਨਡੀ ਟੀਵੀ ਹੱਥੋਂ ਤੱਕ ਗਿਆ ਨਾ ਜੀ 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 ਨਿਊ ਦਿੱਲੀ ਟੈਲੀਵਿਜ਼ਨ ਕੁਛ ਐਸਾ ਨਾਮ ਹੈ ਤਾਂ ਹਾਂਜੀ 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 ਬਿਲਕੁਲ ਜੀ ਗਿਤੇਂਦਰ ਗਰਦਾਸਪੁਰੀਆ ਕਹਿ ਰਿਹਾ ਜੀ ਕਿ ਉਹਨਾਂ ਨੇ ਜਦੋਂ ਬਲੈਕ ਸਕਰੀਨ ਦੇ ਉੱਤੇ ਪ੍ਰੋਗਰਾਮ ਆਫ ਦਾ ਪ੍ਰਾਈਮ ਟਾਈਮ ਜਿਹੜਾ ਕੀਤਾ ਸੀ ਨਾ ਟੈਲੀਕਾਸਟ ਉਸ ਵੇਲੇ ਕਹਿੰਦੇ ਕਿ ਭਾਈਪਾਨ ਬਹੁਤ ਮਿਰਚਾ ਲੱਗੇ ਸੀ ਨਾ ਰਕਮੈਂਟ ਵੈਸੇ ਅੰਗਰੇਜ਼ੀ ਦੇ ਵਿੱਚ ਮਨਨ ਮੇਰੇ ਖਿਆਲ ਨਾਲ ਉਹ ਜਦੋਂ ਬੈਨ ਲੱਗਿਆ ਸੀ ਉਸ ਵੇਲੇ ਕੀਤਾ ਸੀ ਨਾ ਸ਼ਾਇਦ ਹਾਂ ਜੀ ਇਹਨਾਂ ਨੇ ਸ਼ਾਇਦ ਆਫੇਅਰ ਦਾ ਕਰਤਾ ਸੀਗਾ ਨਾ ਆਰਡਰ ਜੀ ਤਾਂ ਉਸ ਤੋਂ ਬਾਅਦ ਫਿਰ ਵਿਰੋਧ ਬੜਾ ਜ਼ਬਰਦਸਤ ਹੋਇਆ ਸੀਗਾ ਤਾਂ ਉਹ ਮੇਰੇ ਖਿਆਲ ਦੇ ਨਾਲ ਆਰਡਰ ਫਿਰ ਵਾਪਸ ਵੀ ਹੋਇਆ ਸੀਗਾ ਖਾਸੇ ਸਾਲ ਪਹਿਲਾਂ ਦੀ ਗੱਲ ਆ ਤਾਂ ਐਨਟੀਟੀਵੀ ਤੇ ਅੱਖ ਸੀਗੀ ਇਹੀ ਇੱਕ ਐਸਾ ਟੀਵੀ ਸੀਗਾ ਜਿਹਨੂੰ ਲੋਕ ਮਤਲਬ ਕਿ ਦੇਖੋ ਜਿਹੜਾ ਤਾਂ ਹੁਣ ਲੀਕ ਖਿੱਚ ਕੇ ਮੋਦੀ ਜੀ ਦੀ ਸਰਕਾਰ ਦੇ ਹੱਕ ਚ ਖਲੋ ਗਿਆ ਉੱਥੇ ਤਾਂ ਕੱਲ ਹੀ ਖਤਮ ਹੋ ਗਈ ਚਾਹੇ ਉਹ ਮੀਡੀਆ ਚਾਹੇ ਕੋਈ ਆਮ ਪਰਸਨ ਹੈ ਤਾਂ ਇੱਕ ਹੁੰਦਾ ਕਿ ਬਚਿਆ ਹਿੱਸਾ ਤਾਂ ਜਿਹੜਾ ਬਚਿਆ ਹਿੱਸਾ ਸੀ ਬਚੇ ਹਿੱਸੇ ਚ ਟੌਪ ਤੇ ਜੇ ਕੋਈ ਸੀ ਤਾਂ ਐਨਡੀ ਟੀਵੀ ਫਿਰ ਬਾਅਦ ਦੇ ਵਿੱਚ ਆਉਂਦੇ ਨੇ ਵਾਇਰ ਆਉਂਦਾ ਜਾਂ ਮਤਲਬ ਕਿ ਕੁਝ ਹੋਰ ਇਸ ਤਰ੍ਹਾਂ ਦੀਆਂ ਵੈਬਸਾਈਟ ਆਉਂਦੀਆਂ ਨੇ ਕਰਮਾ ਆਉਂਦਾ ਹੈ ਕਰਮਾ ਵੈਸੇ ਬਹੁਤ ਪੁਰਾਣਾ ਪਰ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਹਨਾਂ ਦੀ ਮਤਲਬ ਇੱਕ ਪਕੜ ਬਣਦੀ ਹੈ ਤੋਂ ਬਾਅਦ ਪਰ ਜੇ ਟੀਵੀ ਦੀ ਦੁਨੀਆ ਚ ਦੇਖੋਗੇ ਤਾਂ ਜੇ ਕੋਈ ਯਕੀਨ ਕਰਦਾ ਸੀਗਾ ਕਿ ਕਿਤੇ ਮੋਦੀ ਸਰਕਾਰ ਦੇ ਖਿਲਾਫ ਕੋਈ ਗੱਲ ਕਰੇਗਾ ਜਾਂ ਲੋਕ ਮੁੱਦਿਆਂ ਦੀ ਗੱਲ ਕਰੇਗਾ ਉੱਥੇ ਕੱਲੀ ਆਲੋਚਨਾ ਨਹੀਂ ਹੈ ਤੁਸੀਂ ਦੇਖੋ ਕਿ ਐਡਾ ਵੱਡਾ ਟੀਮ ਵਰਕ ਸੀਗਾ ਕਿ ਹੇਠਲੇ ਪੱਧਰ ਤੋਂ ਛੋਟੀ ਤੋਂ ਛੋਟੀ ਜਾਣਕਾਰੀ ਜਿਹੜੀ ਹੈ ਨਾ ਛੋਟੇ ਤੋਂ ਛੋਟੇ ਕਸਬੇ ਛੋਟੇ ਤੋਂ ਛੋਟੇ ਸ਼ਹਿਰ ਚੋਂ ਕੱਢ ਲਈ ਜਾਂਦੀ ਸੀ ਪ੍ਰਾਈਮ ਟਾਈਮ ਲਈ ਤਾਂ ਨੌਕਰੀਆਂ ਵਾਲਾ ਮੁੱਦਾ ਅ ਬੇਰੋਜ਼ਗਾਰੀ ਵਾਲਾ ਮੁੱਦਾ ਨੌਕਰੀਵਾਂ ਨੇ ਵਰਤੀ ਵਾਲਾ ਅ ਬੇਰੋਜ਼ਗਾਰੀ ਵਾਲਾ ਮੁੱਦਾ ਕਿਸਾਨੀ ਅੰਦੋਲਨ ਵਾਲਾ ਉਹ ਉਹ ਮਤਲਬ ਕਿ ਰਵੀਸ਼ ਹੁਣ ਰਵੀਸ਼ ਇੱਕ ਐਸਾ ਪੱਤਰਕਾਰ ਸੀਗਾ ਜਿਹੜਾ ਹੁਣ ਗਰਾਊਂਡ ਰਿਪੋਰਟਿੰਗ ਕਰ ਹੀ ਨਹੀਂ ਸਕਦਾ ਉਹ ਜਾਏਗਾ ਤਾਂ ਉਥੇ ਰਿਪੋਰਟਿੰਗ ਨਹੀਂ ਕਰ ਪਾਏਗਾ ਉਹ ਲੋਕਾਂ ਨਾਲ ਫੋਟੋਆਂ ਹੀ ਖਿਚਾਏਗਾ ਜੀ ਸਮਝਦੇ ਹੋ ਨਾ ਤਾਂ ਪਰ ਉਦੀ ਗਰਾਉਂਡ ਰਿਪੋਰਟਿੰਗ ਤੇ ਪਕੜ ਬਹੁਤ ਸੀਗੀ ਤਾਲਮੇਲ ਬਹੁਤ ਜ਼ਬਰਦਸਤ ਸੀਗਾ ਮਤਲਬ ਕਿ ਆਪਣੀ ਟੀਮ ਤੋਂ ਆਪਣੇ ਵੀ ਇੱਕ ਸਾਥੀ ਆਇਡੈਂਟੀਟੀ ਵਿੱਚ ਰਹੇ ਨੇ ਜੀ ਜੀ ਦੋਸਤ ਆਪਣੇ ਕਰੀਬੀ ਪੱਤਰਕਾਰਤਾ ਚਾਜ ਉਹ ਇੱਥੇ ਆ ਕੇ ਮੇਨਸਟ੍ਰੀਮ ਚ ਪੰਜਾਬੀ ਚੈਨਲ ਚ ਆ ਗਏ ਤਾਂ ਤੁਸੀਂ ਹਿਸਾਬ ਲਾ ਲਓ ਕਿ ਪਿੰਡਾਂ ਤੱਕ ਦੀ ਜਾਣਕਾਰੀ ਉਹ ਲੈ ਲੈਂਦੇ ਦਿੰਦੇ ਸੀ ਬਿਲਕੁਲ ਬਿਲਕੁਲ ਜੀ ਪੰਜਾਬ ਦੀ ਉਹ ਨੈਟਵਰਕ ਬੜਾ ਜਾਂਦਾ ਸੀ ਹਾਂਜੀ ਹਾਂਜੀ ਉਹ ਸਟੋਰੀਆਂ ਵੀ ਪਿੱਛੇ ਜਿਹੜੀਆਂ ਦੇਖ ਗਏ ਨੇ ਜਿਹੜੀਆਂ ਕਿਤੇ ਆਪਣੇ ਮੀਡੀਆ ਦੇ ਵਿੱਚੋਂ ਕਿਤੇ ਗਾਇਬ ਰਹਿੰਦੀਆਂ ਸੀ ਹਾਂਜੀ ਆਪਣੇ ਉਹ ਸ਼ਾਇਦ ਮੀਡੀਆ 'ਚ ਨਹੀਂ ਹੋਣਗੀਆਂ ਤਾਂ ਪ੍ਰਾਈਮ ਟਾਈਮ 'ਚ ਉਹ ਚੀਜ਼ਾਂ ਚੱਲ ਪੈਣਗੀਆਂ ਜੀ ਇਹ ਇਹ ਨੈਟਵਰਕ ਬਾ ਕਮਾਲ ਸੀ ਤਾਂ ਲੋਕ ਇਹੀ ਕਹਿੰਦੇ ਸੀ ਕਿ ਕਿ ਯਾਰ ਜੇ ਮੇਨਸਟ੍ਰੀਮ 'ਚ ਕੋਈ ਅਸਲ ਲੋਕ ਮੁੱਦੇ ਦੀ ਗੱਲ ਹੋਏਗੀ ਤਾਂ ਉੱਥੇ ਹੋਏਗੀ ਜਾਂ ਮੋਦੀ ਸਰਕਾਰ ਦੇ ਖਿਲਾਫ ਕੋਈ ਨੀਤੀਗਤ ਆਲੋਚਨਾ ਹੋਏਗੀ ਤਾਂ ਉੱਥੇ ਹੋਏਗੀ ਜੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਐਨਡੀਟੀਵੀ ਨੂੰ ਕਾਫੀ ਜ਼ਿਆਦਾ ਬੂਸਟ ਕਰ ਬਿਲਕੁਲ ਬਿਲਕੁਲ ਜੀ ਇਧਰ ਉਹ ਕਹਿ ਰਹੇ ਨੇ ਕਹਿੰਦੇ ਜੀ ਕਿ ਕਿਸਾਨ ਅੰਦੋਲਨ ਕਿਸਾਨ ਮੋਰਚੇ ਵੇਲੇ ਵੀ ਕਹਿੰਦੇ ਕਿ ਗਰਾਊਂਡ ਰਿਪੋਰਟ ਕੀਤੀ ਸੀ ਉਹਨਾਂ ਨੇ ਜੀ ਮੈਨਾਂ ਦਾ 2019 ਦੀ ਇਹ ਲੋਕ ਸਭਾ ਇਲੈਕਸ਼ਨਾਂ ਵੇਲੇ ਵੀ ਇੱਥੇ ਸੀ ਆਪਣੇ ਆਈਸ ਜ਼ਰੂਰ ਸੀ ਹਾਂਜੀ ਆਈਸ ਜ਼ਰੂਰ ਪਰ ਅੱਜ ਦੇ ਦੌਰ 'ਚ ਜਿਸ ਤਰ੍ਹਾਂ ਦਾ ਨਾਮ ਹੈ ਹੁਣ ਜੇ ਆਪਾਂ ਦੇਖੀਏ ਤਾਂ ਹੁਣ ਗਰਾਊਂਡ ਤੇ ਰਿਪੋਰਟਿੰਗ ਕਰਨੀ ਤੁਹਾਡੇ ਔਕੇ ਇੱਕ ਤਾਂ ਉਮਰ ਦਰਾਸ ਹੋ ਜਾਂਦੇ ਤੁਸੀਂ ਜੀ ਤੁਹਾਡੀ ਬਾਡੀ ਜਿਹੜੀ ਹੈ ਉਹ ਥੱਕ ਇੱਕ ਕਹਿ ਲੋ ਕਿ ਐਸਾ ਕੰਮ ਆ ਜਿਹੜਾ ਦਿਨ ਵਾਰ ਰਾਤ ਵੀ ਚੱਲ ਸਕਦਾ ਹੈ ਦੂਜੀ ਚੀਜ਼ ਇਹ ਹੈ ਕਿ ਤੁਹਾਡੀ ਜਦੋਂ ਇੰਨੀ ਪ੍ਰਸਿੱਧੀ ਹੋ ਜਾਂਦੀ ਹੈ ਉਹ ਫਿਰ ਦਿੱਕਤ ਆਉਣ ਲੱਗ ਜਾਂਦੀ ਹੈ ਜੀ 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 ਬਿਲਕੁਲ ਕਿਉਂਕਿ ਗਰਾਉਂਡ ਰਿਪੋਰਟਿੰਗ ਤੇ ਹੈ ਨਾ ਕਈ ਵਾਰ ਤੁਹਾਨੂੰ ਅੰਡਰ ਕਵਰ ਵੀ ਜਾਣਾ ਪੈਂਦਾ ਜੀ ਜੀ ਤੁਹਾਨੂੰ ਕੋਈ ਨਾ ਸਿਆਣ ਦਾਵੇ ਅੰਡਰ ਕਵਰ ਵੀ ਜਾਣਾ ਪੈਂਦਾ ਬਿਲਕੁਲ 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 ਮਿੰਟੋ